ਦੋਸਤੋ, ਤੁਸੀਂ ਅਗਰ ਅਮਰੀਕਾ ਰਹਿ ਰਹੇ ਹੋ, ਤੁਹਾਡੇ ਕੋਲ ਸਟੇਟਸ ਨਹੀਂ ਹੈ, ਜਾਂ ਅਸਾਈਲੀ ਹੋ, ਜਾਂ ਰਿਫਿਊਜੀ ਹੋ, ਜਾਂ ਅਸਾਈਲਮ ਪੈਂਡਿੰਗ ਹੈ, ਜਾਂ 81 ਦੀ ਸਕੀਮ, ਜਾਂ ਐਮਨੈਸਟੀ, ਕੋਈ ਵੀ ਸਕੀਮ ਹੈ ਜਿਹਦੇ ਥਰੂ ਤੁਸੀਂ ਆਲਰੇਡੀ ਰਹਿ ਕਰ, ਤੁਹਾਡੇ ਕੋਲ ਸਿਰਫ ਵਰਕ ਪਰਮਿਟ ਹੈ ਜਾਂ ਹੋਰ ਕੋਈ ਗ੍ਰੀਨ ਕਾਰਡ ਹੋਣ ਦਾ ਨਾ ਚਾਂਸ ਹੈ, ਨਾ ਸ਼ਾਇਦ ਕੋਈ ਚਾਂਸ ਪਹਿਲਾਂ ਸੀ, ਨਾ ਕੋਈ ਦਿਸਦਾ ਹੈ, ਤੇ ਤੁਸੀਂ ਨਿਰਾਸ਼ ਨਾ ਹੋਣਾ। ਅਗਰ ਤੇ ਸਟੂਡੈਂਟ ਵੀਜ਼ਾ ਜਾਂ ਵਰਕ ਵੀਜ਼ਾ ਅਪਲਾਈ ਕਰਨਾ ਹੈ ਤੁਸੀਂ ਕੈਨੇਡਾ ਦਾ, ਤੇ ਮੈਂ ਤੁਹਾਡੀ ਹੈਲਪ ਕਰ ਸਕਦਾ। ਸਟੱਡੀ ਵੀਜ਼ਾ ਲਈ ਬਹੁਤ ਹੀ ਸਿੰਪਲ ਹੈ, ਅਗਰ ਕਾਲਜ ਦਾ ਐਡਮਿਸ਼ਨ ਲੈ ਕੇ ਤੁਸੀਂ ਆਈਲੈਟਸ ਵਗੈਰਾ ਸਕੋਰ ਕਰ ਲੋਗੇ ਤੇ ਤੁਹਾਡਾ ਸਟੱਡੀ ਵੀਜ਼ਾ ਮੈਂ ਕੋਸ਼ਿਸ਼ ਕਰਾਂਗਾ ਕੈਨੇਡਾ ਦਾ ਹੋ ਜਾਏ। ਅਗਰ ਵਰਕ ਵੀਜ਼ਾ ਲਈ ਤੇ ਆਫ ਕੋਰਸ ਵੀ ਵੀ ਨਹੀਂ, ਜੋਬ ਆਫਰ, ਅਗਰ ਜੋਬ ਆਫਰ ਮਿਲਦਾ ਹੈ ਤੇ ਵਰਕ ਵੀਜ਼ਾ ਵੀ ਮੈਂ ਅਪਲਾਈ ਕਰ ਸਕਦਾ। ਦੋਨੋਂ ਐਪਲੀਕੇਸ਼ਨ ਆਪਾਂ ਕਰ ਸਕਦੇ ਹਾਂ। ਸਿਰਫ ਤੁਸੀਂ ਅਗਰ ਇਹ ਸੋਚ ਕੇ ਬੈਠੇ ਹੋ ਕਿ ਮੇਰਾ ਤੇ ਇੱਥੇ ਕੋਈ ਸਟੇਟਸ ਨਹੀਂ ਹੈ ਤੇ ਮੈਂ ਕੈਨੇਡਾ ਅਪਲਾਈ ਨਹੀਂ ਕਰ ਸਕਦਾ, ਦੈਟ ਇਜ਼ ਨਾਟ ਟਰੂ। ਹਾਲ ਹੀ ਵਿੱਚ ਇੱਕ ਕੋਈ ਐਪਲੀਕੇਸ਼ਨ ਹੋਈ ਹੈ ਕਿਸੇ ਦੀ, ਤੇ ਮੈਨੂੰ ਉਮੀਦ ਹੈ ਕਿ ਬਾਕੀ ਐਪਲੀਕੇਸ਼ਨ ਦਾ ਰਾਹ ਵੀ ਖੁੱਲੇਗਾ। ਤੁਸੀਂ ਐਪਲੀਕੇਸ਼ਨ ਦੇ ਬਾਰੇ ਅਗਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ, ਤੇ ਇੱਥੇ ਪਲੇਸ ਆਫ ਐਪਲੀਕੇਸ਼ਨ ਫੋਰ PR ਵੀਜ਼ਾ ਲਿਖਿਆ ਹੋਇਆ। PR ਵੀਜ਼ਾ ਅਪਲਾਈ ਕਰਨਾ ਹੈ ਫਿਰ ਤੇ ਕੋਈ ਚੱਕਰ ਹੀ ਨਹੀਂ ਹੈ। ਤੁਸੀਂ ਅਗਰ ਜੇ 1 ਸਾਲ ਅਗਰ ਲੋਫਲੀ ਐਡਮਿਟਿਡ ਹੋ ਇਨ US, ਤੁਸੀਂ ਅਮਰੀਕਾ ਤੋਂ ਕਰ ਸਕਦੇ ਹੋ, ਤੁਹਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਹੈ। ਲੇਕਿਨ ਉਸ ਤੋਂ ਹੇਠਾਂ ਅਗਰ ਦੇ ਦਿਓ ਤੁਸੀਂ ਪਲੇਸ ਆਫ ਐਪਲੀਕੇਸ਼ਨ ਫੋਰ TRV ਵਰਕ ਪਰਮਿਟ ਔਰ ਸਟੱਡੀ ਪਰਮਿਟ। ਅਗਰ ਤੁਸੀਂ ਇੱਥੇ, ਅਗਰ ਤੁਹਾਡੇ ਕੋਲ ਵਰਕ ਪਰਮਿਟ ਹੀ ਹੈ, ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਜਾਂ ਅਸਾਈਲਮ ਪੈਂਡਿੰਗ ਹੈ, ਸਿਰਫ ਅਗਰ ਵਰਕ ਪਰਮਿਟ ਵੀ ਹੈ ਤਾਂ ਵੀ ਤੁਸੀਂ ਇੱਥੋਂ ਹੀ ਅਮਰੀਕਾ ਤੋਂ TRV ਵਿਜ਼ਟਰ ਵੀਜ਼ਾ ਜਾਂ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ਆਪਾਂ ਅਪਲਾਈ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੋਣੀ। ਤੇ ਜ਼ਰੂਰ ਤੁਸੀਂ ਮੈਨੂੰ ਅਗਰ ਡਿਸਕਸ ਕਰਨਾ ਇਹਦੇ ਬਾਰੇ ਕੰਟੈਕਟ ਕਰੋ। ਦੁਬਾਰਾ ਮੈਂ ਰਿਪੀਟ ਕਰਦੇ ਹਾਂ, ਵਿਜ਼ਟਰ ਵੀਜ਼ਾ, ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ, ਤਿੰਨੋਂ 'ਚ ਆਪਾਂ ਕੋਈ ਵੀ ਵੀਜ਼ਾ ਜਿਹਦੇ ਵਿੱਚ ਤੁਸੀਂ ਕੁਆਲੀਫਾਈ ਕਰਦੇ ਹੋ ਉਹ ਆਪਾਂ ਕਰ ਸਕਦੇ ਹਾਂ। ਸਟੱਡੀ ਪਰਮਿਟ ਲਈ ਤੇ ਕਾਲਜ ਦਾ ਐਡਮਿਸ਼ਨ ਜ਼ਰੂਰੀ ਹੈ, ਕਾਲਜ ਐਡਮਿਸ਼ਨ ਲਈ ਤੁਹਾਡੇ ਕੋਲ ਪੈਸਾ ਹੋਣਾ ਜ਼ਰੂਰੀ ਹੈ, ਜਿਹੜੇ ਬੈਂਕ ਸਟੇਟਮੈਂਟ ਦਿਖਾਉਂਦੀ ਤੁਸੀਂ ਕਿ ਫੰਡਸ ਫੋਰ ਸਟੱਡੀ। ਇੰਗਲਿਸ਼ ਆਈਲੈਟਸ ਵਗੈਰਾ ਵੀ ਜ਼ਰੂਰੀ ਹੈ, ਮਿਨੀਮਮ ਐਟਲੀਸਟ 5+ ਐਡਮਿਸ਼ਨ ਲੈਣਾ ਤੁਸੀਂ ਕਾਲਜ, ਫਿਰ ਆਪਾਂ ਸਟੱਡੀ ਵੀਜ਼ਾ ਕਰਕੇ ਇੱਥੇ ਤੁਸੀਂ ਆ ਸਕਦੇ ਹੋ, ਫਿਰ ਹੌਲੀ ਹੌਲੀ ਪੱਕੇ ਹੋ ਜਾਓਗੇ। ਵਰਕ ਪਰਮਿਟ ਦੇ ਬਾਰੇ, ਅਗਰ ਜੇ ਤੁਹਾਡੇ ਕੋਲ ਜੋਬ ਆਫਰ ਹੈ ਤੇ ਵਰਕ ਵੀਜ਼ਾ ਅਪਲਾਈ ਕਰ ਸਕਦੇ ਹਾਂ। ਅਗਰ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਵਿੱਚ ਇਜ਼ ਵਿਜ਼ਟਰ ਵੀਜ਼ਾ, ਅਗਰ ਕੋਈ ਇਸ ਤਰ੍ਹਾਂ ਦਾ ਕੋਈ ਹਾਲਾਤ ਹੈ ਕਿ ਸਪੋਜ਼ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਦੋਸਤ ਵਗੈਰਾ ਹੈ ਜਿਨ੍ਹਾਂ ਨੂੰ ਤੁਸੀਂ ਮਿਲਣਾ ਹੈ, ਮਿਲ ਕੇ ਤੁਸੀਂ ਵਾਪਸ ਜਾਣਾ ਹੈ, ਤੁਹਾਡੇ ਕੋਲ ਰੀਐਂਟਰੀ ਪਰਮਿਟ ਹੋਣਾ ਚਾਹੀਦਾ ਹੈ। ਮਿਨੀਮਮ ਰੀਐਂਟਰੀ ਪਰਮਿਟ, ਰੀਐਂਟਰੀ ਪਰਮਿਟ ਸਿਰਫ ਟੈਂਪਰੇਰੀ ਰੈਜ਼ੀਡੈਂਟ ਜਿਹੜਾ ਵੀਜ਼ਾ ਹੈ ਉਹਦੇ ਵਿੱਚ ਰੀਐਂਟਰੀ ਪਰਮਿਟ ਚਾਹੀਦਾ, ਜਿਹੜੇ ਵਰਕ ਵੀਜ਼ਾ ਹੈ, ਸਟੱਡੀ ਪਰਮਿਟ ਹੈ, ਉਹਦੇ ਵਿੱਚ ਰੀਐਂਟਰੀ ਪਰਮਿਟ ਦੀ ਵੀ ਲੋੜ ਨਹੀਂ। ਤੁਹਾਡੇ ਕੋਲ ਸਿਰਫ ਪਾਸਪੋਰਟ ਹੀ, ਆਫ ਕੋਰਸ ਵੀ ਨੀਡ ਦ ਪਾਸਪੋਰਟ ਇਨ ਆਲ ਥ੍ਰੀ, ਪਾਸਪੋਰਟ ਦੇ ਬਗੈਰ ਤੇ ਕੋਈ ਐਪਲੀਕੇਸ਼ਨ ਨਹੀਂ ਹੋਣੀ। ਲੇਕਿਨ ਵਰਕ ਵੀਜ਼ਾ, ਸਟੱਡੀ ਵੀਜ਼ਾ ਤੇ ਸਿਰਫ ਪਾਸਪੋਰਟ ਦੀ ਲੋੜ ਹੈ, ਰੀਐਂਟਰੀ ਪਰਮਿਟ ਦੀ ਲੋੜ ਨਹੀਂ ਹੈ। ਸੋ ਇਹੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ। ਜੇਕਰ ਤੁਸੀਂ ਦੁਬਾਰਾ ਅਗਰ US ਤੁਸੀਂ ਹੋ, ਯੂ ਨੋ ਵੀ ਆਰ ਟਾਕਿੰਗ ਓਨਲੀ US, ਬਾਕੀ ਦੇ ਯੂਰਪ 'ਚ ਵੀ ਕਾਫੀ ਹੈ ਜਿਹੜੇ ਇਲੀਗਲਸ, ਲੇਕਿਨ ਅਗਰ US ਵਿੱਚ ਹੋ, ਤੁਹਾਡੇ ਕੋਲ ਕੋਈ ਸਟੇਟਸ ਨਹੀਂ ਹੈ, ਅਨਡਾਕੂਮੈਂਟਡ ਹੋ, ਤੇ ਆਪਾਂ ਤੁਹਾਡੀ ਐਪਲੀਕੇਸ਼ਨ ਕੈਨੇਡਾ ਲਈ ਕਰ ਸਕਦੇ ਹਾਂ। ਇਹਦੇ ਬਾਰੇ ਅਗਰ ਕੋਈ ਡਿਸਕਸ ਕਰਨਾ ਹੈ ਤਾਂ ਆਪਣਾ ਇੱਕ ਰੈਜ਼ਿਊਮੇ ਮੈਨੂੰ ਜ਼ਰੂਰ ਭੇਜਣਾ, ਰੈਜ਼ਿਊਮੇ ਜਿਹੜਾ ਵਰਕ ਐਕਸਪੀਰੀਅੰਸ ਹੈ, 2 ਸਾਲ ਦੇ 1040 ਜਿਹੜੇ ਟੈਕਸ ਰਿਟਰਨ ਹੈ, US ਟੈਕਸ ਰਿਟਰਨ, ਪੇ ਸਟਬਸ, ਤੁਹਾਡਾ ਜਿਹੜੇ ਆ ਕੋਈ ਐਜੂਕੇਸ਼ਨ ਦੀ ਡਿਗਰੀ ਵਗੈਰਾ ਅਗਰ ਤੁਹਾਡੇ ਕੋਲ ਹੈ ਕੋਈ ਪੁਰਾਣੀ, ਉਹ ਭੇਜੋ, ਤੇ ਆਈਲੈਟਸ ਸਕੋਰ, ਇਹ ਸਾਰੇ ਇਨਫੋਰਮੇਸ਼ਨ ਜ਼ਰੂਰ ਭੇਜੋ। ਤੇ ਆਈ ਕੈਨ ਟੈਲ ਯੂ ਕਿ ਵੀ ਤੁਹਾਡੇ ਕਿੰਨੇ ਚਾਂਸਿਸ ਹੈ ਕਿ ਵੀ ਤੁਹਾਡਾ ਕੰਮ ਕੁਝ ਹੋ ਵੀ ਸਕਦਾ, ਕਿੰਨੇ ਹੋ ਸਕਦਾ। ਓਕੇ, ਥੈਂਕ ਯੂ ਵੈਰੀ ਮੱਚ ਫੋਰ ਯਰ ਟਾਈਮ, ਐਂਡ ਸ਼ੇਅਰ ਜ਼ਰੂਰ ਕਰੋ, ਲੋਕਾਂ ਨੂੰ ਦੱਸੋ ਕਿ ਵੀ ਇਸ ਤਰ੍ਹਾਂ ਕਰ ਸਕਦੇ, ਕਿਉਂਕਿ ਕੁਛ ਆਦੇ ਐਪਲੀਕੇਸ਼ਨ ਐਕਸੈਪਟ ਹੋਏ ਹੈ ਰੀਸੈਂਟਲੀ, ਉਸ ਕਰਕੇ ਮੈਨੂੰ ਆਸ ਲੱਗੀ ਹੈ ਕਿ ਸ਼ਾਇਦ ਬਾਕੀ ਦਾ ਵੀ ਕੰਮ ਖੁੱਲ ਸਕਦਾ ਹੈ। ਥੈਂਕ ਯੂ ਵੈਰੀ ਮੱਚ।